ਹੈਲੋ ਦੋਸਤੋ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਹਾਇਦਨ ਕਿਸੇ ਨਾ ਕਿਸੇ ਕੋਰਟ ਦੇ ਵਿੱਚ ਵੈਕੈਂਸੀ ਆਈ ਰਹਿੰਦੀ ਆ ਭਾਵੇਂ ਉਹ ਕਲਰਕ ਦੀ ਹੋਵੇ ਸਟੈਨੋਗ੍ਰਾਫਰ ਜਾਂ ਪੀਐਨ ਦੀ ਤੇ ਅੱਜ ਇੱਕ ਪੋਸਟ ਆਈ ਆ ਜੀ ਕਲਰਕ ਦੀਆਂ ਪੋਸਟਾਂ ਨੇ 32 32 ਪੋਸਟਾਂ ਨੇ ਠੇਕੇ ਦੇ ਰੱਖੇ ਜਾਣੇ ਨੇ ਕਲਰਕੇ ਤਾਂ ਇਹ ਕੋਰਟ ਕਿਹੜੀ ਆ ਜੀ ਇਹ ਕੋਰਟ ਹੈਗੀ ਆ ਜੀ ਆਫਿਸ ਆਫ ਦੀ ਡਿਸਟ੍ਰਿਕਟ ਅੰਡ ਸੈਸ਼ਨ ਜੱਜ ਫਾਜ਼ਿਲਕਾ ਫਾਜ਼ਿਲਕਾ ਦੀ ਕੋਰਟ ਦੇ ਵਿੱਚ ਕਲਰਕ ਦੀ ਵੈਕੈਂਸੀ ਆਈ ਜੀ ਠੇਕੇ ਦੇ ਕਲਰਕ ਰੱਖੇ ਜਾਣੇ ਆ ਤੇ ਆਪਾਂ ਦੱਸਾਂਗੇ ਕੀ ਕੀ ਪ੍ਰੂਫ ਲੱਗਣਾ ਕਿਹੜੇ-ਕਿਹੜੇ ਅਪਲਾਈ ਕਰ ਸਕਦੇ ਨੇ ਤੇ ਜਿਹੜੇ ਅਪਲਾਈ ਕਰਨਾ ਚਾਹੁੰਦੇ ਉਹ ਕਰ ਸਕਦੇ ਨੇ ਤਾਂ ਇਹ ਕੀ ਕਲਰਕ ਦੀ ਆਈਆ ਪੋਸਟ ਤੇ 32 ਪੋਸਟਾਂ ਨੇ ਜਿਹਦੇ ਵਿੱਚ ਜਨਰਲ ਨੂੰ 18 ਪੋਸਟਾਂ ਦਿੱਤੀਆਂ ਗਿਆ ਨੇ ਐਸਸੀ ਨੂੰ 3, ਬੀਸੀ ਨੂੰ 3, ਐਕਸਰਸਿਸਮੈਨ ਨੂੰ 4 ਜਿਹੜੇ ਐਕਸਰਸਿਸਮੈਨ ਐਸਸੀ ਚ ਨੇ ਉਹ ਐਸ ਇੱਕ ਬੀਸੀ ਜਿਹੜੇ ਹੈਗੇ ਨੇ ਐਕਸਰਸਿਸਮੈਨ ਇੱਕ ਹੈਂਡੀਕੈਪ ਲਈ ਇੱਕ ਤੇ ਸਪੋਰਟਸਮੈਨ ਲਈ ਇੱਕ ਤੇ ਜਿਹੜੀ ਤਨਖਾਹ ਦਿੱਤੀ ਜਾਣੀ ਆ ਜੋ ਡੀਸੀ ਵੱਲੋਂ ਨਿਰਧਾਰਤ ਕੀਤੀ ਜਾਣੀ ਆ ਜੋ ਵੀ ਉਹ ਨਿਰਧਾਰਤ ਕਰਨਗੇ ਮਨ ਲਕਿ ਇਹ ਨਹੀਂ ਦਿੱਤੀ ਜਾਊਗੀ ਪੇ ਇਹਨਾਂ ਨੂੰ ਬਾਕੀ ਇਹਦੀ ਲਾਸਟ ਡੇਟ ਤਾਂ ਆਪਾਂ ਦੱਸ ਦਈਏ 2 11 ਸੌਰੀ 2 ਦਸੰਬਰ ਨੂੰ ਤੁਹਾਡੇ ਫਾਰਮ ਪਹੁੰਚਣੇ ਚਾਹੀਦੇ ਨੇ ਇਹਨਾਂ ਦੀ ਕੋਰਟ ਦੇ ਵਿੱਚ ਤੇ ਐਡਰੈਸ ਤੁਸੀਂ ਲਿਖਣਾ ਦੀ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਾਜ਼ਿਲਗਾ ਤੇ ਉੱਪਰ ਇੱਕ ਆ ਵੀ ਲਿਖਣਾ ਲਾਈਨ ਅਪਲੀਕੇਸ਼ਨ ਫਾਰ ਦੀ ਪੋਸਟ ਆਫ ਕਲਰਕ ਠੀਕ ਹੈ ਜੀ ਕਲਰਕ ਦੀ ਪੋਸਟ 'ਤੇ ਅਪਲਾਈ ਕਰ ਰਹੇ ਉਹ ਲਿਖੋਗੇ menction ਟੂ ਦੀ ਲਿਖ ਕੇ ਆਫਿਸ ਆਫ ਡਿਸਟ੍ਰਿਕਟ ਸੈਸ਼ਨ ਜੱਜ ਫਾਜ਼ਿਲਗਾ ਫਰਮ ਆਪਣਾ ਐਡਰੈਸ ਲਿਖ ਦੋਗੇ ਜਿਹੜਾ ਅਪਲਾਈ ਕਰਨਾ ਚਾਹੁੰਦੇ ਨੇ ਤੇ ਜਿਨ੍ਹਾਂ ਨੇ ਡਿਗਰੀ ਕੀਤੀ ਹੋਈ ਹੈ ਜੀ ਬੀਏ ਕੀਤੀ ਆ ਜਾਂ ਬੀਐਸਸੀ ਕੀਤੀ ਹੋਈ ਆ ਤੇ ਪੰਜਾਬੀ ਕੀਤੀ 10ਵੀਂ ਦੇ ਵਿੱਚ ਤੇ ਅੰਗਰੇਜ਼ੀ ਤੇ ਪੰਜਾਬੀ ਵਿੱਚ ਨੌਲੇਜ ਹੈਗੀ ਆ ਤਾਂ ਉਹਨਾਂ ਦਾ ਉਹ ਅਪਲਾਈ ਕਰ ਸਕਦੇ ਨੇ ਤੇ ਬਾਕੀ ਕੀ ਇਹਦੀ ਗੱਲ ਕਰਦੇ ਆ 18 ਤੋਂ 37 ਸਾਲ ਦਾ ਅਪਲਾਈ ਕਰ ਸਕਦਾ ਵਾ ਬਾਕੀ ਐਸਟੀ ਓਬੀਸੀ ਨੂੰ ਜਿਹੜੀ ਛੋਟ ਮਿਲਦੀ ਸਰਕਾਰ ਵੱਲੋਂ ਮਿਲੇਗੀ ਜੀ ਤੇ ਜਦੋਂ ਤੁਸੀਂ ਅਪਲਾਈ ਕਰਨਾ ਵਾ ਜਿਹੜੇ ਡਾਕੂਮੈਂਟ ਭੇਜਣੇ ਨੇ ਉਹਨਾਂ ਨਾਲ ਤੁਸੀਂ ਦੋ ਫੋਟੋਆਂ ਵੀ ਭੇਜਣੀਆਂ ਨੇ ਤੇ ਕਿਹੜੀ ਕਿਹੜੀ ਅੱਗੇ ਆ ਕੀ ਪ੍ਰੂਫ ਭੇਜਣਾ ਆਪਣੇ ਕੁਆਲੀਫਿਕੇਸ਼ਨ ਦਾ ਡੇਟ ਆਫ ਬਰਥ ਕੈਟਾਗਰੀ ਸਰਟੀਫਿਕੇਟ ਜਰਨਲ ਛੱਡ ਗਏ ਬਾਕੀ ਕੰਟੈਕਟ ਨੰਬਰ ਵਗੈਰਾ ਲਿਖਣਾ ਆਪਣਾ ਤੇ ਆ ਪਰਫਾਰਮਾ ਤੁਸੀਂ ਡਾਊਨਲੋਡ ਕਰ ਲੈਣਾ ਵਾ ਇਹ ਪਰਫਾਰਮਾ ਲਾਗੇ ਤੁਸੀਂ ਭਰ ਕੇ ਭੇਜਣਾ ਵਾ ਠੀਕ ਆ ਜੀ ਤੇ ਕੈਟਾਗਰੀ ਲਿਖ ਦੋਗੇ ਜੀ ਆਪਣੀ ਪਹਿਲੇ ਨੰਬਰ ਤੇ ਇੱਥੇ ਉਥੇ ਆਪਣੀ ਲਿਖ ਦੇਣੀ ਆ ਜੀ ਜਰਨਲ ਨੇਮ ਪਹਿਲੇ ਨੰਬਰ ਤੇ ਆਪਣਾ ਲਿਖ ਦੇਣਾ ਵਾ ਦੂਜੇ ਨੰਬਰ ਤੇ ਆਪਣਾ ਫਾਦਰ ਨੇਮ ਜੇ ਕੁੜੀ ਕੋਈ ਮੈਰਿਡ ਆ ਆਪਣੇ ਹਸਬੰਦ ਨੇਮ ਲਿਖੋਗੀ ਜੀ ਪਰਮਨੈਂਟ ਇਹ ਆ ਕਿ ਜਿਹੜੇ ਵੀ ਤੁਸੀਂ ਅਪਲਾਈ ਕਰ ਰਹੇ ਹੋ ਤੇ ਟਿੱਕਣ ਮਾਰ ਦਿਓ ਠੀਕ ਆ ਜੀ ਫਾਦਰ ਫਾਦਰ ਦਾ ਨੇਮ ਲਿਖ ਰਹੇ ਹੋ ਤਾਂ ਫਾਦਰ ਉੱਪਰ ਟਿੱਕ ਲਾ ਦਿਓ ਠੀਕ ਹੈ ਜੀ ਹਸਬੰਡ ਨੇਮ ਨੂੰ ਕੱਢ ਲਿਓ 3 ਤੇ 4 ਨੰਬਰ 'ਚ ਆਪਣਾ ਐਡਰੈਸ ਲਿਖਣਾ ਜੀ 5ਵੇਂ 'ਚ ਆਪਣੀ ਡੇਟ ਆਫ ਬਰਥ ਲਿਖਣੀ ਆ ਤੇ ਨੀਚੇ ਲਿਖ ਦੇਣਾ ਕਿ ਤੁਹਾਡੀ ਕਿੰਨੀ ਏਜ ਆ ਠੀਕ ਆ ਜੀ ਤੇ ਕੁਆਲਿਫੀਕੇਸ਼ਨ ਲਿਖਣੀ ਤੁਸੀਂ ਕੀ ਕੀਤਾ ਵੀਏ ਕੀਤੀ ਆ ਬੀਐਸਸੀ ਕੀਤੀ ਆ ਨੈਸ਼ਨਲਿਟੀ ਤੁਸੀਂ ਇੰਡੀਆ ਲਿਖਣੀ ਆ ਐਕਸਪੀਰੀਅੰਸ ਜੇ ਹੈਗਾ ਵਾ ਤੁਸੀਂ ਕਿਤੇ ਕੰਮ ਕੀਤਾ ਹੋ ਲਿਖੋਗੇ ਨਾਲ ਉਹਦਾ ਪ੍ਰੂਫ ਤਾਂ ਹੋਗੇ ਕੋਈ ਸਪੈਸ਼ਲ ਤੁਹਾਡੇ ਵਿੱਚ ਕੋਈ ਹੈਗਾ ਗੁਣ ਵਗੈਰਾ ਦੱਸੋਗੇ ਠੀਕ ਆ ਜੀ ਤੇ ਜਿਹੜੇ ਡਾਕੂਮੈਂਟ ਤੁਸੀਂ ਲਾ ਰਹੇ ਪਿੱਛੇ ਉਹਦੇ ਲਿਖੋਗੇ ਸੀਰੀਅਲ ਆਰਡਰ 'ਚ ਤੇ ਤੇ 12ਵੇਂ ਨੰਬਰ ਤੇ ਆਪਣਾ ਨੰਬਰ ਲਿਖੋਗੇ ਤੇ 17 13ਵੇਂ ਨੰਬਰ ਤੇ ਲਿਖੋਗੇ ਆਪਣਾ ਈਮੇਲ ਆਈਡੀ ਇਹ ਦੋਵੇਂ ਕੰਪਲਸਰੀ ਨੇ ਨੀਚੇ ਤੁਸੀਂ ਸਾਈਨ ਕਰ ਦੇਣੇ ਆ ਸਾਈਡ ਤੇ ਤੁਸੀਂ ਮਤਲਬ ਕਿ ਤਾਰੀਖ ਲਿਖ ਦੇਣੀ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਤੇ ਇਹਦੇ ਵਿੱਚ ਲਿਖਿਆ ਤਾਂ ਟਾਈਪਿੰਗ ਟੈਸਟ ਮਤਲਬ ਕਿ ਇੰਗਲਿਸ਼ ਦਾ ਤੇ ਜਨਰਲ ਨੌਲੇਜ ਦਾ ਪੇਪਰ ਹੋਣਾ ਉਹਨਾਂ ਦੇ ਨਾਲ ਟਾਈਪਿੰਗ ਟੈਸਟ ਹੋਣਾ ਨਾਲ ਇੰਟਰਵਿਊ ਨਹੀਂ ਆ ਜਿਹੜੇ ਇਹ ਚ ਕਲੀਅਰ ਹੋਣਗੇ ਉਹਨਾਂ ਨੂੰ ਹੀ ਰੱਖਿਆ ਜਾਣਾ ਵਾ ਤੇ ਬਾਕੀ ਆ ਕੀ ਹਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤੁਹਾਡੀ ਇੰਟਰਵਿਊ ਕਦੋਂ ਹੋ ਗਈ ਇਹ ਤੁਹਾਨੂੰ ਇਹ ਦੱਸਿਆ ਕਿ ਵੈਬਸਾਈਟ ਤੇ ਤੁਸੀਂ ਚੈੱਕ ਕਰਦੇ ਰਹੋ ਕਰੋ ਆਹ ਵੈਬਸਾਈਟ ਦਾ ਲਿੰਕ ਹੈ ਜੀ ਬਾਕੀ ਜੋ ਵੀ ਇਨਫੋਰਮੇਸ਼ਨ ਹੋਊਗੀ ਇਹਨਾਂ ਦੀ ਵੈਬਸਾਈਟ ਤੇ ਮਿਲ ਜੂਗੀ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਤੇ ਹਲੇ ਦਿਨ ਐਗ ਨਹੀਂ ਜੀ 12 13 ਤੇ 2 ਤਰੀਕ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ